ਰਾਸ ਬਬੂ ਨੂੰ ਦਿੱਲੀ ਸੇਵਾਵਨ ਨਾਲ ਜੁੜਿਆ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰੀ ਸੋਧ ਬਿੱਲ 2023 ਨੂੰ 102 ਦੇ ਮੁਕਾਬਲੇ 131 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। VOTING ਤੋਂ ਪਹਿਲਾਂ VOTING ਮਸ਼ੀਨ ਖਰਾਬ ਹੋਣ ਉਪਰੰਤ ਪਰਚੀਆਂ ਜ਼ਰੀਏ VOTING ਕਰਵਾਈ ਗਈ। VOTING ਵਿੱਚ ਹਿੱਸਾ ਲੈ ਲਈ ਸਾਭਾ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਪਈਆ ਕੁਰਸੀ ਤੇ ਆਏ ਸਨ। ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ। ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਭਿਨਸ਼ਾ ਨੇ ਕਿਹਾ ਕਿ ਬਿੱਲ ਔਨ ਦਾ ਮਕਸਦ ਕੌਮੀ ਰਾਜਤਾ ਨੀਜ ਪ੍ਰਭਾਵਸ਼ਾਲੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਥਾਪਿਤ ਕਰਨੇ ਉਨ੍ਹਾਂ ਕਿਹਾ ਕਿ ਬਿੱਲ ਕਿਸੇ ਵੀ ਤਰ੍ਹਾਂ ਨਾਲ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਨਹੀਂ ਕਰਦਾ ਉਨ੍ਹਾਂ ਸਪਸ਼ਟ ਕੀਤਾ ਕਿ ਦਿੱਲੀ ਸੇਵਾ ਬਿੱਲ ਐਮਰਜੈਂਸੀ ਲਗਾਉਣ ਜਾਂ ਲੋਕਾਂ ਦੇ ਅਧਿਕਾਰ ਖੋਣ ਲਈ ਨਹੀਂ ਲਿਆਂਦਾ ਗਿਆ ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਨੇਤਾਵ ਨੇ ਇਸ ਬਿੱਲ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ